ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ ਡੇਟਲਾਈਨ ਪੰਜਾਬ ਤੇ ਮੈਂ ਹਰਿਤੇਸ਼ ਲੱਖੀ ਦੋਸਤੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਹੋਏਗੀ ਭਾਰਤੀ ਜਨਤਾ ਪਾਰਟੀ ਅਤੇ ਸ਼ਿਰੋਮਣੀ ਅਕਾਲੀ ਦਲ ਦਰਮਿਆਨ ਸਿਆਸੀ ਗਠਜੋੜ ਗਠਬੰਧਨ ਸਿਰੇ ਨਾ ਚੜਨ ਕਾਰਨ ਦੋਹਾਂ ਧਿਰਾਂ ਨੂੰ ਦੋਹਾਂ ਪਾਰਟੀਆਂ ਨੂੰ ਇਹਨਾਂ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕੀ ਸਿਆਸੀ ਨਫਾ-ਨੁਕਸਾਨ ਹੋਣ ਜਾ ਰਿਹਾ ਹੈ ਇਸ ਦਾ ਵਿਸ਼ਲੇਸ਼ਣ ਆਪਾਂ ਪਿਛਲੇ ਕੁਝ ਚੋਣਾਂ ਦੇ ਅੰਕੜਿਆਂ ਦੇ ਜ਼ਰੀਏ ਕਰਨ ਦੀ ਇਸ ਰਿਪੋਰਟ ਦੇ ਵਿੱਚ ਕੋਸ਼ਿਸ਼ ਕਰਾਂਗੇ ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਇਹ ਕਰਾਂਗਾ ਕਿ ਤੁਸੀਂ ਜਿਸ ਚੈਨਲ ਨਿਊਜ਼ ਡੈਟਲਾਈਨ ਪੰਜਾਬ ਨੂੰ YouTube ਉੱਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਾਈਂਡਲੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੇਰੀਆਂ ਰਾਜਸੀ ਤੇ ਸਿਆਸੀ ਮਾਮਲਿਆਂ ਦੇ ਉੱਤੇ ਖਾਸ ਕਰਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀਆਂ ਰਿਪੋਰਟਸ ਹੋਣਗੀਆਂ ਉਹ ਸਿਰਫ ਤੇ ਸਿਰਫ ਇਸੇ ਚੈਨਲ ਦੇ ਉੱਤੇ ਤੁਹਾਨੂੰ ਦੇਖਣ ਸੁਣਨ ਨੂੰ ਮਿਲਣਗੀਆਂ ਸੋ ਦੋਸਤੋ ਇੱਕ ਦਿਨ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਰਸਮੀ ਐਲਾਨ ਕਰਤਾ ਗਿਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਕੱਲਾ ਚੱਲੇਗੀ ਅਕੱਲੇ ਚੱਲੇਗੀ ਤੇ ਲੋਕ ਸਭਾ ਚੋਣ ਖੁਦ ਆਪਣੇ ਜ਼ੋਰ ਉੱਤੇ ਲੜੇਗੀ ਇਸ ਤੋਂ 2 ਦਿਨ ਪਹਿਲਾਂ ਸ਼ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਦੀ ਲੀਡਰਸ਼ਿਪ ਨੇ ਅਨਾਉਂਸ ਕੀਤਾ ਕਿ ਪਾਰਟੀ ਆਪਣੇ ਸਿਆਸੀ ਅਸੂਲਾਂ ਆਪਣੇ ਸਿਧਾਂਤਾਂ ਨੂੰ ਮੁੱਖ ਰੱਖ ਰਹੀਆਂ ਹੋਇਆਂ ਉਹ ਗਠਜੋੜ ਨਹੀਂ ਕਰ ਸਕਦੀ ਪਾਰਟੀ ਨੇ ਇਸ਼ਾਰਾ ਕਰਤਾ ਕਿ ਸਾਡੇ ਲਈ ਸਾਡੇ ਸਿਧਾਂਤ ਜ਼ਿਆਦਾ ਮਹੱਤਵਪੂਰਨ ਨੇ ਸਵਾਲ ਇਹ ਖੜਾ ਹੁੰਦਾ ਹੈ ਕਿ ਅਕਾਲੀ ਦਲ ਨੂੰ ਆਪਣੇ ਸਿਧਾਂਤਾਂ ਤੇ ਆਪਣੇ ਅਸੂਲਾਂ ਦੇ ਉੱਤੇ ਪਹਿਰੇਦਾਰੀ ਦਾ ਜਿਹੜਾ ਰਾਗ ਦੁਬਾਰਾ ਅਲਾਪਨ ਤੇ ਇਸ ਬੁਲੰਦੀ ਦੇ ਨਾਲ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਲਾਪਨ ਦੀ ਲੋੜ ਕਿਉਂ ਮਹਿਸੂਸ ਹੋਈ ਇਹ ਪੰਥਕ ਜਗਤ ਦੀ ਸਿਆਸੀ ਜਮਾਤ ਅਖਵਾਨ ਵਾਲੀ ਸ਼ਰੂਮਣੀ ਅਕਾਲੀ ਦਲ ਪਿਛਲੇ ਕੁਝ ਸਾਲਾਂ ਪਿਛਲੇ ਕੁਝ ਦਹਾਕਿਆਂ ਦੌਰਾਨ ਆਪਣੇ ਮੂਲੇ ਅਸੂਲਾਂ ਤੋਂ ਥਿਰਕੀ ਹੈ ਕੀ ਕੁਝ ਅਜੇਹੀਆਂ ਗੱਲਾਂ ਬਾਤਾਂ ਕੁਝ ਅਜੇਹੇ ਕੰਪਰੋਮਾਈਜ਼ ਉਸਨੇ ਪਿਛਲੇ 20 ਦਹਾਕਿਆਂ ਦੀ ਆਪਣੀ ਰਾਜਨੀਤੀ ਦੇ ਵਿੱਚ ਕੀਤੇ ਨੇ ਜੋ ਕਿ ਹੁਣ ਉਹਨਾਂ ਨੂੰ ਭਾਰੀ ਪਹਿਰੇ ਨੇ ਪਾਰਟੀ ਮਹਿਸੂਸ ਕਰਦੀ ਪਈ ਹੈ ਜਾਂ ਫਿਰ ਇਸ ਗਠਬੰਧਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਹੱਥ ਨਾਂ ਮਿਲਾਉਣ ਦੇ ਕਾਰਨ ਕੁਝ ਹੋਰ ਨੇ ਸੀਟ ਸ਼ੇਅਰਿੰਗ ਨੂੰ ਲੈ ਕੇ ਕੋਈ ਆਪਸੀ ਸਮਝ ਨਾ ਬਣ ਪਾਣਾ ਹੈ ਹਾਲਾਂਕਿ ਦੋਸਤੋ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਇਸ ਇਲੈਕਸ਼ਨ ਦੇ ਵਿੱਚ 8 5 ਦੇ ਫਾਰਮੂਲੇ ਉੱਤੇ ਇਲੈਕਸ਼ਨ ਲੜਨਾ ਚਾਹੁੰਦੀ ਸੀ ਸ਼ੁਰੂਮਣੀ ਅਕਾਲੀ ਦਲ 9 4 ਉੱਤੇ ਰਾਜ਼ੀ ਹੋ ਰਿਹਾ ਸੀ ਲੇਕਿਨ 8 5 ਦੇ ਯਾਨੀ ਕਿ 8 ਸੀਟਾਂ ਅਕਾਲੀ ਦਲ ਤੇ 5 ਸੀਟਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲੜਨਗੇ ਜੋ ਕਿ ਪਹਿਲਾਂ 10 3 ਦੀ ਫਾਰਮੇਸ਼ਨ ਦੇ ਨਾਲ ਲੜਦੇ ਸੀ 10 ਸੀਟਾਂ ਉਤੇ ਅਕਾਲੀ ਦਲ ਤੇ 3 ਸੀਟਾਂ ਉਤੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਲੋਕ ਸਭਾ ਚੋਣਾਂ ਦੇ ਵਿੱਚ ਦਿਆ ਕਰਦੀ ਸੀ ਇਸ 8 5 ਦੇ ਫਾਰਮੂਲੇ ਉੱਤੇ ਵੀ ਸਹਿਮਤੀ ਬਣ ਗਈ ਲੇਕਿਨ ਸਮਝਾ ਇਹ ਜਾ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਸ਼ਰਤਾਂ ਅਤੇ ਸਿੱਖ ਰੈਡੀਕਲਸ ਦੀ ਹਮਾਇਤ ਨੂੰ ਲੈ ਕੇ ਅਕਾਲੀ ਦਲ ਦਾ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਸਟੈਂਸ ਤੇ ਸਟੈਂਡ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਸੂਟ ਕਰਦਾ ਹੋਇਆ ਨਜ਼ਰ ਨਹੀਂ ਆ ਰਿਹਾ ਪੋਸੀਬਲੀ ਇਹ ਤੇ ਇਸ ਦੇ ਨਾਲ ਜੁੜੇ ਹੋਰ ਕਈ कोर इलेक्टोरल राजनीति ਦੇ ਨਾਲ ਜੁੜੇ ਹੋਏ ਵਿਸ਼ੇ ਹੈਗੇ ਨੇ ਜੋ ਕਿ ਇਸ ਗਠਬੰਧਨ ਦੇ ਸਿਰੇ ਨਾ ਚੜਨ ਦਾ ਕਾਰਨ ਹੈਗੇ ਨੇ ਹਾਲਾਂਕਿ ਪਬਲਿਕ ਡੋਮੇਨ ਦੇਵੀ ਚਾਪਾ ਕਿਹੜੀ ਸੰਭਾਵਨਾਵਾਂ ਨੂੰ ਡਿਸਕਸ ਕਰ ਸਕਦੇ ਆ ਨਹੀਂ ਕਰ ਸਕਦੇ ਇਸ ਚੀਜ਼ ਬਾਰੇ ਆਪਾਂ ਫਿਲਹਾਲ ਗੱਲ ਨਹੀਂ ਕਰਾਂਗੇ ਕਿਉਂਕਿ ਅੱਜ ਆਪਾਂ ਅੰਕੜਿਆਂ ਦੀ ਜ਼ੁਬਾਨੀ ਤੇ ਪੁਰਾਣੇ ਨਤੀਜਿਆਂ ਦੀ ਰੋਸ਼ਨੀ ਦੇ ਵਿੱਚ ਸਮਝਾਂਗੇ ਕਿ ਕਿਸ ਪਾਰਟੀ ਨੂੰ ਕਿੰਨਾ ਫਾਇਦਾ ਤੇ ਨੁਕਸਾਨ ਹੈ ਹੁਣ ਦੋਸਤੋ ਪਿਛਲੇ ਤਕਰੀਬਨ 25 ਸਾਲਾਂ ਤੋਂ ਸਾਲ 1996 97 ਦੇ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਬੰਨ੍ਹਦਾ ਜੋ ਕਿ ਪੰਜਾਬ ਦੇ ਭਾਈਚਾਰਕ ਸਾਂਝ ਉਹਨਾਂ ਹਿੱਤਾਂ ਲਈ ਬੜਾ ਮਹੱਤਵਪੂਰਨ ਮੰਨਿਆ ਗਿਆ ਇਸ ਨੂੰ ਇੱਕ ਨਵ ਮਾਸ ਦਾ ਰਿਸ਼ਤਾ ਭਾਜਪੀ ਦੀ ਤੇ ਅਕਾਲੀ ਦਲ ਦੀ ਚੋਟੀ ਦੀ ਜੀ ਲੀਡਰਸ਼ਿਪ ਕਹਿੰਦੀ ਰਹੀ ਤਕਰੀਬਨ 24 ਸਾਲ ਦੇ ਆਸ-ਪਾਸ ਅਕਾਲੀ ਦਲ ਭਾਜਪੀ ਦਾ ਇਹ ਐਲਾਈਅנס ਪੰਜਾਬ ਦੇ ਵਿੱਚ ਕਾਫੀ ਕਾਰਗਰ ਫਾਰਮੇਟੇਬਲ ਐਲਾਈਅנס ਬਣਿਆ ਜਿਸ ਵਿੱਚੋਂ 15 ਸਾਲ ਯਾਨੀ ਕਿ ਉਹਨਾਂ ਢਾਈ ਦਹਾਕਿਆਂ ਦੇ ਵਿੱਚੋਂ ਡੇਢ ਦਹਾਕਾ ਇਸ ਕੰਬੀਨੇਸ਼ਨ ਇਸ ਕੋਲੀਸ਼ਨ ਨੇ ਪੰਜਾਬ ਦੇ ਵਿੱਚ ਸਰਕਾਰਾਂ ਬਣਾਈਆਂ ਦੋ ਸਰਕਾਰਾਂ ਬੈਕ ਟੂ ਬੈਕ ਬਣੀਆਂ ਵਿਧਾਨ ਸਭਾ ਦੀਆਂ 117 ਅਤੇ ਲੋਕ ਸਭਾ ਦੀਆਂ 13 ਸੀਟਾਂ ਉੱਤੇ ਬਤੌਰ ਐਲਾਈਅੰਸ ਪਾਰਟਨਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਲੈਕਸ਼ਨ ਲੜਦੇ ਰਹੇ ਇਹਨਾਂ ਚੋਣ ਨਤੀਜੇ ਪਿਛਲੇ ਢਾਈ ਦਹਾਕਿਆਂ ਦੇ ਚੋਣ ਨਤੀਜਿਆਂ ਤੋਂ ਆਪਾਂ ਕੋਈ ਵੀ ਕਲੀਅਰ ਪਿਕਚਰ ਡਰਾ ਨਹੀਂ ਕਰ ਸਕਦੇ ਕੋਈ ਵੀ ਵਿਸ਼ਲੇਸ਼ਨ ਡਰਾ ਨਹੀਂ ਕਰ ਸਕਦੇ ਕਿ ਕਿਹੜੀ ਪਾਰਟੀ ਕਿੰਨੀ ਕੁ ਮਜ਼ਬੂਤ ਸੀ ਠੀਕ ਹੈ ਦੋਵੇਂ ਪਾਰਟੀਆਂ ਨੂੰ ਆਪਣੇ ਆਪਣੇ ਹਿੱਸੇ ਦੀਆਂ ਸੀਟਾਂ ਮਿਲਦੀਆਂ ਸਨ ਲੇਕਿਨ ਜਿਹੜੇ ਵੋਟ ਪੈਂਦੇ ਸੀ ਅਕਾਲੀ ਦਲ ਨੂੰ 93 ਵਿਧਾਨ ਸਭਾ ਸੀਟਾਂ ਉੱਤੇ ਤੇ 10 ਲੋਕ ਸਭਾ ਸੀਟਾਂ ਉੱਤੇ ਉਹਨਾਂ ਵੋਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਖ ਦਾ ਵੋਟ ਵੀ ਬਹੁਤ ਵੱਡਾ ਫੈਕਟਰ ਹੁੰਦਾ ਸੀ ਤੇ ਸੇਮ ਸਥਿਤੀ ਬੀਜੇਪੀ ਦੀ ਸੀ ਚਾਹੇ ਤਿੰਨ ਲੋਕ ਸਭਾ ਦੀਆਂ ਸੀਟਾਂ ਜਾਂ ਫਿਰ 24 ਵਿਧਾਨ ਸਭਾ ਦੀਆਂ ਸੀਟਾਂ ਉਸ ਫੈਕਟਰ ਦੇ ਵਿੱਚ ਵੀ ਅਕਾਲੀ ਦਲ ਦੇ ਪੱਖ ਦੀ ਵੋਟ ਹਲਕਿਆਂ ਦੇ ਵਿੱਚ ਬੀਜੇਪੀ ਦੇ ਕੈਂਡੀਡੇਟਸ ਨੂੰ ਭੁਗਤਤੀ ਰਹੀ ਲੇਕਿਨ ਬੀਜੇਪੀ ਦਾ ਸ਼ੇਅਰ ਛੋਟਾ ਸੀ ਅਕਾਲੀ ਦਲ ਦਾ ਸ਼ੇਅਰ ਬਹੁਤ ਵੱਡਾ ਸੀ ਪਹਿਲੀ ਜਿਹੜੀ ਪਰਖ ਦੋਵੇਂ ਪਾਰਟੀਆਂ ਦੀ ਆਪਣੇ ਆਪਣੇ ਧਾਮ ਉਤੇ ਚੋਣ ਜਦੋਂ ਲੜੀ ਇਹਨਾਂ ਨੇ 2022 ਦੀ ਵਿਧਾਨ ਸਭਾ ਚੋਣ ਸੀ ਤੇ ਇਸ ਦੇ ਨਤੀਜਿਆਂ ਦੇ ਵਿੱਚ ਦੋਹਾਂ ਪਾਰਟੀਆਂ ਨੂੰ ਇੱਕਾ ਥੋੜਾ ਜਿਹਾ ਕਰੂੜ ਸ਼ਬਦ ਹੈ ਵਰਤਨ ਵਾਲਾ ਕਿ ਆਪਣੀ ਸਿਆਸੀ ਔਕਾਤ ਨਜ਼ਰ ਆ ਗਈ 2020-21 ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਗੱਠ ਜੋੜ ਛੱਡਣ ਦਾ ਫੈਸਲਾ ਲਿਆ ਪਾਰਟੀ ਦੇ ਜਿਹੜੇ ਮੰਤਰੀ ਸੀ ਪਾਰਟੀ ਦੇ ਜਿਹੜੇ MPC ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਐਲਾਨ ਕੀਤਾ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹਰਜਿੰਦਰ ਕੌਰ ਬਾਦਲ ਨੇ ਕੈਬਨਿਟ ਛੱਡੀ ਉਸ ਤੋਂ ਬਾਅਦ ਗਠਜੋੜ ਨੂੰ ਤੋੜਤਾ ਗਿਆ 9 ਮਾਸ ਦਾ ਰਿਸ਼ਤਾ ਉਹ ਜਿਹੜਾ ਸੀ ਖਤਮ ਹੋ ਗਿਆ ਦੋਸਤੋ ਸਾਲ 2019 ਦੀ ਯਾਨੀ ਕਿ ਪਿਛਲੀ ਲੋਕ ਸਭਾ ਚੋਣ ਦੇ ਨਤੀਜੇ ਅਤੇ 2022 ਦੇ ਵਿਧਾਨ ਸਭਾ ਨਤੀਜੇ ਇਹ ਦੋ ਹੀ ਪਹਿਮਾਨੇ ਨੇ ਅਜੇ ਤੱਕ ਦੋਵੇਂ ਪਾਰਟੀਆਂ ਦੀ ਸਥਿਤੀਆਂ ਨੂੰ ਸਮਝਣ ਦੇ 2019 ਦੇ ਵਿੱਚ ਸਾਂਝੇ ਇਲੈਕਸ਼ਨ ਲੜੇ ਗਏ ਯਾਨੀ ਕਿ ਭਾਜਪਾ ਯਕਾਲੀ ਦਲ ਇਕੱਠੇ ਸਨ ਉਸ ਵਕਤ ਤੱਕ ਲਾਇੰਸ ਟੁੱਟਿਆ ਨਹੀਂ ਸੀ ਅਕਾਲੀ ਦਲ 10 ਸੀਟਾਂ ਉੱਤੇ ਇਲੈਕਸ਼ਨ ਲੜਦਾ ਤੇ ਸਿਰਫ 2 ਸੀਟਾਂ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਯਾਨੀ ਕਿ ਬਾਦਲ ਪਰਿਵਾਰ ਦਿਆਂ ਹੀ ਸੀਟਾਂ ਬਚੀਆਂ ਤੇ ਹੋਰ ਸਾਰੇ ਉਮੀਦਵਾਰ ਹਾਰ ਗਏ ਜੇ ਆਪਾਂ ਇਮਤਿਹਾਨਾਂ ਦੇ ਨਜ਼ਰੀਏ ਦੇ ਨਾਲ 100 ਵਿੱਚੋਂ ਨੰਬਰ ਦੇਈਏ ਤਾਂ ਅਕਾਲੀ ਦਲ 20 ਨੰਬਰ ਲੈ ਕੇ ਬੁਰੀ ਤਰ੍ਹਾਂ ਫੇਲ ਹੋਇਆ ਲੇਕਿਨ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈ ਜਾਏ ਤਾਂ 3 ਸੀਟਾਂ ਉਹਨਾਂ ਦੇ ਹਿੱਸੇ ਲੋਕ ਸਭਾ ਦੇ ਵਿੱਚ ਆਉਂਦੀਆਂ ਸਨ 2019 ਦੀਆਂ ਇਹਨਾਂ 3 ਦੇ ਵਿੱਚੋਂ 2 ਸੀਟਾਂ ਜਿੱਤ ਜਾਂਦੇ ਨੇ ਸੋਮਪ੍ਰਕਾਸ਼ ਹੁਸ਼ਾਰਪੁਰ ਤੋਂ ਤੇ ਸਨੀ ਦਿਓਲ ਗੁਰਦਾਸਪੁਰ ਤੋਂ ਸੋ ਪਾਰਟੀ ਦੀ ਜਿਹੜੀ ਬੀਜੇਪੀ ਦੀ ਪਰਫਾਰਮੈਂਸ ਅਕਾਲੀ ਦਲ ਦੇ ਮੁਕਾਬਲੇ ਬਿਹਤਰ ਸੀ ਕਿਉਂਕਿ ਉਹਨਾਂ ਨੇ ਫੇਰ ਵੀ 106% ਜਿਹੜਾ ਨਤੀਜਾ ਸੀ ਉਸ ਨੂੰ ਪੇਸ਼ ਕੀਤਾ ਤੇ ਫਰਸਟ ਡਿਵੀਜ਼ਨ ਦੇ ਵਿੱਚ ਬੀਜੇਪੀ ਕਲੀਅਰ ਨਿਕਲੀ ਲੇਕਿਨ ਜਦੋਂ ਅਗਲੇ ਵਿਧਾਨ ਸਭਾ ਦੇ ਚੋਣ ਆਉਂਦੇ ਨੇ ਉਸ ਵਕਤ ਤੱਕ ਸਥਿਤੀ ਬਦਲ ਚੁੱਕੀ ਹੁੰਦੀ ਹੈ ਅਕਾਲੀ ਦਲ ਤੇ ਬੀਜੇਪੀ ਦਾ ਐਲਾਈਅੰਸ ਟੁੱਟ ਚੁੱਕਾ ਹੁੰਦਾ ਹੈ ਅਕਾਲੀ ਦਲ ਜੋ ਕਿ 93 ਸੀਟਾਂ ਉੱਤੇ ਇਲੈਕਸ਼ਨ ਲੜਿਆ ਕਰਦਾ ਸੀ ਉਸ ਨੇ 97 ਉੱਤੇ ਇਲੈਕਸ਼ਨ ਲੜੀ ਯਾਨੀ ਕਿ ਅਕਾਲੀ ਦਲ ਦੇ ਕੈਂਡੀਡੇਟਸ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਥਾਂ BSP ਦੇ ਨਾਲ ਐਲਾਈਅੰਸ ਕਰਕੇ ਬਹੁਜਨ ਸਮਾਜ ਪਾਰਟੀ ਨੂੰ 20 ਸੀਟਾਂ ਦਿੱਤੀਆਂ BSP ਉਹਨਾਂ 20 ਦੇ ਵਿੱਚੋਂ 15 ਸੀਟਾਂ ਉੱਤੇ ਜ਼ਮਾਨਤ ਜਬਤ ਕਰਾਉਂਦੀ ਹੈ ਲੇਕਿਨ ਇੱਕ ਸੀਟ ਜਿੱਤ ਜਾਂਦੀ ਹੈ ਲੇਕਿਨ ਅਕਾਲੀ ਦਲ ਦੀ ਪਰਫਾਰਮੈਂਸ ਤੁਸੀਂ ਵੇਖੋ ਕਿ ਇਹਨਾਂ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੀਗੇ 97 ਉਮੀਦਵਾਰ ਤੇ ਇਹਨਾਂ ਦੇ ਜਿੱਤੇ ਮਹਿਜ਼ ਤਿੰਨ ਉਮੀਦਵਾਰ ਯਾਨੀ ਕਿ ਅਕਾਲੀ ਦਲ ਦੀ ਪਰਫਾਰਮੈਂਸ ਬਹੁਤ ਹੀ ਮਾੜੀ ਸੀ ਤੇ ਜੇ ਆਪਾਂ ਵੋਟ ਪਰਸੈਂਟੇਜ ਦੀ ਗੱਲ ਕਰ ਲਈਏ 2019 ਦੀ ਪਾਰਲੀਮੈਂਟ ਚੋਣਾਂ ਦੇ ਵਿੱਚ ਜਦੋਂ ਸਾਂਝੇ ਤੌਰ ਤੇ ਇਲੈਕਸ਼ਨ ਲੜੇ ਜਾ ਰਹੇ ਸੀਗੇ ਅਕਾਲੀ ਦਲ ਨੂੰ 27.45% ਵੋਟ ਪਏ ਉਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਖ ਦੇ ਉਹਨਾਂ ਹਲਕਿਆਂ ਦੇ ਵਿੱਚ ਜਿੱਥੇ ਕਿ ਬੀਜੇਪੀ ਦੇ ਕੋਈ ਉਮੀਦਵਾਰ ਨਹੀਂ ਸੀ ਕਿਉਂਕਿ ਸਾਂਝਾ ਇਲੈਕਸ਼ਨ ਲੜਿਆ ਜਾ ਰਿਹਾ ਸੀ ਉਹ ਵੀ ਵੋਟ ਸ਼ਾਮਲ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਇਲੈਕਸ਼ਨ ਦੇ ਵਿੱਚ ਵੋਟ ਪੈਂਦੀ ਹੈ 9.66% ਤੇ ਉਸ ਦੇ 2 ਸੰਸਦ ਚੁਣੇ ਜਾਂਦੇ ਨੇ ਲੇਕਿਨ ਵਿਧਾਨ ਸਭਾ 2022 ਦੇ ਨਤੀਜੇ ਹਾਲਾਂਕਿ ਇਹ ਨਤੀਜੇ ਰਿਪਰੈਜ਼ੈਂਟੇਟਿਵ ਇਸ ਵਾਸਤੇ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਨੂੰ ਇੱਕ ਹਿਸਟੋਰਿਕ ਇਤਿਹਾਸਿਕ ਜਿੱਤ ਤੇ ਜੇ ਇਲੈਕਟੋਰਲ ਅੰਕੜਿਆਂ ਦੀ ਵੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਇਸ ਪੱਧਰ ਦਾ ਬਹੁਮਤ ਨਹੀਂ ਸੀ ਮਿਲਿਆ 92 ਵਿਧਾਇਕ ਨਹੀਂ ਸੀ ਮਿਲੇ ਸੋ ਇੱਕ ਵੇਵ ਚੱਲਦੀ ਪਈ ਸੀ ਅਜਿਹੀ ਵੇਵ ਦੇ ਵਿੱਚ ਕੋਈ ਵੀ ਨਤੀਜਾ ਜਿਹੜਾ ਹੈ ਰਿਪਰੈਜ਼ੈਂਟੇਟਿਵ ਨਹੀਂ ਮੰਨਿਆ ਜਾ ਸਕਦਾ ਲੇਕਿਨ ਇਹ ਦੋਹੇ ਪਾਰਟੀਆਂ ਕਿਉਂਕਿ ਅਲੱਗ-ਅਲੱਗ ਚੋਣਾਂ ਲੜੀਆਂ ਅਕਾਲੀ ਦਲ ਨੇ 97 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਤੇ ਭਾਰਤੀ ਜਨਤਾ ਪਾਰਟੀ ਜੋ 24 ਉਮੀਦਵਾਰ ਉਤਾਰਿਆ ਕਰਦੀ ਸੀ ਉਹ 73 ਉਮੀਦਵਾਰ ਲੈ ਕੇ ਚੋਣ ਮੈਦਾਨ ਵਿੱਚ ਨਿੱਤਰਦੀ ਹੈ ਲੇਕਿਨ ਉਹਨਾਂ 73 ਉਮੀਦਵਾਰਾਂ ਦੇ ਵਿੱਚੋਂ 55 ਦੀਆਂ ਜ਼ਮਾਨਤਾਂ ਜप्त ਹੋ ਜਾਂਦੀਆਂ ਨੇ ਬੀਜੇਪੀ ਨੂੰ ਪੂਰੇ ਪੰਜਾਬ ਦੇ ਵਿੱਚ ਸਿਰਫ ਪੌਣੇ 7% 6.66% ਵੋਟ ਮਿਲਦੀ ਹੈ ਲੇਕਿਨ ਜਿਹੜੀਆਂ ਸੀਟਾਂ ਦੇ ਉੱਤੇ ਬੀਜੇਪੀ ਨੇ ਖੁਦ ਕੰਟੈਸਟ ਕੀਤਾ 73 ਸੀਟਾਂ ਦੇ ਉੱਤੇ ਉਹਨਾਂ ਸਾਰੀ ਸੀਟਾਂ ਦੇ ਵਿੱਚ ਉਸ ਦੀ ਜਿਹੜੀ ਵੋਟ ਪਰਸੈਂਟੇਜ ਸੀ ਉਹ ਸੀ 10.66% ਹਾਲਕਿ ਓਵਰਆਲ ਭਾਰਤੀ ਜਨਤਾ ਪਾਰਟੀ ਦੀ ਵੋਟ ਪਰਸੈਂਟ ਆਈ ਲੇਕਿਨ ਜਿਹੜੇ ਹਲਕਿਆਂ ਦੇ ਵਿੱਚ ਪਾਰਟੀ ਨੇ ਚੋਣ ਲੜੀ ਉਸ ਦੇ ਵਿੱਚੋਂ 10% ਤੋਂ ਵੱਧ ਵੋਟ ਲਗੇ ਲੇਕਿਨ ਜੇ ਆਪਾਂ ਟੋਟਲ ਨਤੀਜਿਆਂ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ 73 ਸੀਟਾਂ ਤੇ 73 ਸੀਟਾਂ ਦੇ ਉੱਤੇ ਉਹਨਾਂ ਦੀ ਲੜਾਈ ਕੋਈ ਲੜਾਈ ਇਸ ਵਾਸਤੇ ਨਹੀਂ ਸੀ 55 ਉਮੀਦਵਾਰਾਂ ਦੀ ਤਾਂ ਜ਼ਮਾਨਤਾਂ ਜਰਤ ਹੋਈਆਂ ਕਿਉਂਕਿ ਪਾਰਟੀ ਦਾ ਕੋਈ ਉਸ ਲੈਵਲ ਦਾ ਆਧਾਰ ਹੀ ਨਹੀਂ ਸੀ ਗਠਬੰਧਨ ਟੁੱਟਣ ਦੇ ਡੇਢ-ਦੋ ਸਾਲ ਬਾਅਦ ਪਾਰਟੀ ਦੀ ਜਿਹੜੀ ਲੀਡਰਸ਼ਿਪ ਸੀ ਉਹ ਪੰਜਾਬ ਵਿੱਚੋਂ ਉਸ ਪੱਧਰ ਦਾ ਇਲੈਕਸ਼ਨ 117 ਵਿਧਾਨ ਸਭਾ ਸੀਟਾਂ ਉੱਤੇ ਆਪਣੇ ਉਮੀਦਵਾਰ ਲੱਭਣ ਤੱਕ ਲਈ ਸੰਘਰਸ਼ ਕਰਦੀ ਰਹੀ ਤੇ ਇਹੀ ਕਾਰਨ ਸੀ ਕਿ ਨਾ ਤਾਂ ਉਹਨਾਂ ਨੂੰ ਉਮੀਦਵਾਰ ਮਿਲੇ ਤੇ ਪਾਰਟੀ ਨੂੰ ਐਡੀ ਵੱਡੀ ਸੈਟਬੈਕ ਤਾਂ ਵੱਜੀ ਭਾਰਤੀ ਜਨਤਾ ਪਾਰਟੀ ਕੋਲ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਜ਼ਿਆਦਾ ਕੁਝ ਖੋਣ ਨੂੰ ਨਹੀਂ ਹੈ ਕਿਉਂਕਿ ਪਾਰਟੀ ਇੱਕ ਮਾਈਨਰ ਪਾਰਟਨਰ ਰਹੀ ਪਾਰਟੀ ਦਾ ਜਨਾਧਾਰ ਨਹੀਂ ਵਤ ਪਾਇਆ ਕਦੀ ਵੀ ਇਹਨਾਂ 2 2.5 ਢਹਾਕਿਆਂ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਪਹਿਲੀ ਪੰਕਤੀ ਦੇ ਲੀਡਰ ਖੜੇ ਹੀ ਨਹੀਂ ਹੋ ਪਾਏ ਭਾਜਪਾ ਦੇ ਪੰਜਾਬ ਦੇ ਕਿਸੇ ਵੀ ਲੋਕਲ ਲੀਡਰ ਦਾ ਤੁਸੀਂ ਨਾਂ ਵੀ ਸ਼ਾਇਦ ਅੱਜ ਯਾਦ ਨਾ ਕਰ ਸਕੋ ਇਹ ਹੀ ਕਾਰਨ ਹੈ ਕਿ ਪਾਰਟੀ ਜਨਤਾ ਪਾਰਟੀ ਨੂੰ ਅੱਜ ਪੋਚਿੰਗ ਕਰਨੀ ਪੈ ਰਹੀ ਹੈ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸਾਬਕਾ ਕਾਂਗਰਸ ਵਰਦਾਂ ਸੁਨੀਲ ਜਾਕਰ ਤੱਕ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਤੱਕ ਸਾਬਕਾ ਮੈਂਬਰ ਪਾਰਲੀਮੈਂਟ ਰਬੀਤ ਬਿੱਟੂ ਤੱਕ ਅਜਿਹੇ ਚਿਹਰਿਆਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਆਪਣੀ ਪਾਰਟੀ ਦਾ ਇੱਕ ਚਿਹਰਾ ਮੋਹਰਾ ਤਿਆਰ ਕਰਨਾ ਪਹਿਰ ਰਿਹਾ ਹੈ ਜਿੱਥੇ ਪਾਰਟੀ ਲਈ ਚੋਣ ਰਾਜਨੀਤੀ ਦੇ ਵਿੱਚ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਪਣੀ ਲੀਡਰਸ਼ਿਪ ਨੂੰ ਐਸਟੈਬਲਿਸ਼ ਕਰਨਾ ਤਾਂ ਇੱਕ ਚੈਲੰਜ ਹੈ ਹੀ ਉੱਥੇ ਹੀ ਪੰਜਾਬ ਦੇ ਕਈ ਅਜਿਹੇ ਵਿਸ਼ੇ ਨੇ ਜਿਨ੍ਹਾਂ ਵਿੱਚੋਂ ਕਿਸਾਨੀ ਆंदोलਨ ਸਭ ਤੋਂ ਪ੍ਰਮੁੱਖ ਵਿਸ਼ਾ ਹੈ ਜਿਸ ਵਿਸ਼ੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਤੋਂ ਸਮਰਥਨ ਮਿਲਣ ਦੀ ਆਸ ਘੱਟ ਹੈ ਪੰਜਾਬ ਦਾ ਇਲੈਕਟੋਰੇਟ ਪੰਜਾਬ ਦਾ ਜਿਹੜਾ ਵੋਟਰ ਹੈ ਉਹ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਖਿਲਾਫਤ ਕਰਦਾ ਰਿਹਾ ਹੈ ਹਾਲਾਂਕਿ 2019 ਦੇ ਇਲੈਕਸ਼ਨਾਂ ਤੱਕ ਆਪਾਂ ਇਸ ਨੂੰ ਪਿਓਰਲੀ ਬੀਜੇਪੀ ਦੀ ਖਿਲਾਫਤ ਨਹੀਂ ਕਹਿ ਸਕਦੇ ਲੇਕਿਨ ਕਿਉਂਕਿ ਲੋਕ ਸਭਾ ਚੋਣ ਜਿਹੜੀ ਹੈ ਉਹ ਕੌਮੀ ਸਰਕਾਰ ਦੀ ਚੋਣ ਹੁੰਦੀ ਹੈ ਉਹ ਪ੍ਰਧਾਨ ਮੰਤਰੀ ਦੀ ਚੋਣ ਹੁੰਦੀ ਹੈ ਤੇ ਬੀਜੇਪੀ ਤਾਂ ਨਰਿੰਦਰ ਮੋਦੀ ਦੇ ਚਿਹਰੇ ਉੱਤੇ ਇਲੈਕਸ਼ਨ ਲੜਦੀ ਹੈ ਸੋ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੇ ਉਸ ਦੀਆਂ ਨੀਤੀਆਂ ਕਿਸਾਨ ਆंदोलਨ ਦਾ ਇੱਕ ਬੜਾ ਵੱਡਾ ਪ੍ਰਭਾਵ ਪੰਜਾਬ ਦੀ ਰਾਜਨੀਤੀ ਉੱਤੇ ਪੈਣਾ ਹੈ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਸ ਦੀ ਚਲਕ ਨਜ਼ਰ ਆਈ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਸ ਦੀ ਚਲਕ ਨਜ਼ਰ ਆ ਸਕਦੀ ਹੈ ਲੇਕਿਨ ਆਪਾਂ ਜੇ ਥੋੜਾ ਜਿਹਾ ਪਿੱਛੇ ਜਾਈਏ 2019 ਦੇ ਲੋਕ ਸਭਾ ਨਤੀਜਿਆਂ ਨੂੰ ਹੀ ਵੇਖ ਲਈਏ ਜਦੋਂ ਪੂਰੇ ਦੇਸ਼ ਦੇ ਵਿੱਚ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾ ਰਿਹਾ ਸੀ ਪੰਜਾਬ ਵਿੱਚੋਂ 8 ਸੀਟਾਂ ਉੱਤੇ ਕਾਂਗਰਸ ਨੂੰ ਜਿਤਾ ਕੇ ਪੰਜਾਬ ਦੇ ਵੋਟਰਾਂ ਨੇ ਪਾਰਲੀਮੈਂਟ ਦੇ ਵਿੱਚ ਭੇਜਿਆ ਜਦੋਂ ਕਿ ਕਾਂਗਰਸ ਦਾ ਇਹ ਕਹਿ ਸਕਦੇ ਆ ਕਿ ਸਭ ਤੋਂ ਮਾੜਾ ਇਲੈਕਸ਼ਨ ਸੀ ਇਤਿਹਾਸਿਕ ਪੱਧਰ ਉੱਤੇ ਕਾਂਗਰਸ ਦੀ ਵੋਟ ਪਰਸੈਂਟੇਜ ਤੇ ਸੀਟਾਂ ਦੀ ਗਿਣਤੀ ਜਿੰਨੀ ਡਿੱਗੀ 2019 ਦੇ ਚੋਣਾਂ ਦੇ ਨਤੀਜਿਆਂ ਦੌਰਾਨ ਜਾਂ ਚੋਣਾਂ ਤੋਂ ਬਾਅਦ ਉਹ ਸ਼ਾਇਦ ਇਤਿਹਾਸ ਦੇ ਵਿੱਚ ਕਦੇ ਨਹੀਂ ਸੀ ਹੋਇਆ ਲੇਕਿਨ ਪੰਜਾਬ ਦੇ ਵਿੱਚੋਂ ਉਸ ਵਕਤ ਵੀ 8 ਮੈਂਬਰ ਪਾਰਲੀਮੈਂਟ ਪੰਜਾਬ ਨੇ ਕਾਂਗਰਸ ਨੇ ਜਿਤਾ ਕੇ ਪਾਰਲੀਮੈਂਟ ਭੇਜੇ ਸੋ ਕਿਸਾਨ ਆंदोलਨ ਤੋਂ ਬਾਅਦ ਇਹ ਪਹਿਲਾ ਲੋਕ ਸਭਾ ਚੋਣ ਹੈ ਭਾਰਤੀ ਜਨਤਾ ਪਾਰਟੀ ਲਈ ਇੱਕ ਬੜੀ ਵੱਡੀ ਚੁਣੌਤੀ ਹੈ ਲੇਕਿਨ ਉਹਨਾਂ ਲਈ ਪੰਜਾਬ ਵਿੱਚ ਕੁਝ ਜ਼ਿਆਦਾ ਲੂਸ ਕਰਨ ਨੂੰ ਇਸ ਵਾਸਤੇ ਨਹੀਂ ਕਿਉਂਕਿ ਨਾ ਤਾਂ ਪਾਰਟੀ ਦੀ ਇਕਾਈ ਜਿਹੜੀ ਸੂਬੇ ਦੀ ਇਕਾਈ ਸੀ ਉਸ ਦੇ ਵਿੱਚ ਕੋਈ ਦਮ ਸੀ ਉਸ ਦੇ ਕੁਝ ਸਰਕਟ ਲੀਡਰ ਸੀਗੇ ਪਾਰਟੀ ਦਾ ਜਿਹੜਾ ਕਾਡਰ ਸੀ ਉਹ ਅਕਾਲੀ ਦਲ ਦੀ ਛਤਰ ਛਾਇਆ ਦੇ ਵਿੱਚ ਕਦੇ ਗਰੋ ਹੀ ਨਹੀਂ ਕਰ ਪਾਇਆ ਸੋ ਬੀਜੇਪੀ ਨੂੰ ਕੁਝ ਜ਼ਿਆਦਾ ਨੁਕਸਾਨ ਦੇ ਪੱਖੋਂ ਭੁਗਤਣ ਨੂੰ ਨਹੀਂ ਹੈ ਸਿਵਾਏ ਕਿ ਇਹ ਕਿ ਉਹ 13 ਦੀ 13 ਸੀਟਾਂ ਹਾਰ ਜਨ ਲੇਕਿਨ ਉਹਨਾਂ ਸੀਟਾਂ ਦੇ ਵਿੱਚੋਂ ਜਿਹੜੀਆਂ ਉਹਨਾਂ ਦੀ ਪਾਕਟਸ ਨੇ ਇਸ ਦੇ ਵਿੱਚ ਹੁਸ਼ਿਆਰਪੁਰ ਆਉਂਦਾ ਹੈ ਗੁਰਦਾਸਪੁਰ ਆਉਂਦਾ ਈਵਨ ਅੰਮ੍ਰਿਤਸਰ ਦੇ ਵਿੱਚ ਪਾਰਟੀ ਕਈ ਵਾਰ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਤਾ ਕੇ ਭੇਜਦੀ ਰਹੀ ਹੈ ਸੋ ਇਹਨਾਂ ਪਾਕਟਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਅਜੇ ਵੀ ਥੋੜੀਆਂ ਬਹੁਤ ਉਮੀਦਾਂ ਹੋ ਸਕਦੀਆਂ ਨੇ ਲੇਕਿਨ ਦੂਸਰੇ ਪਾਸੇ ਜੇ ਗੱਲ ਸ਼ੁਰੂਬਣੀ ਅਕਾਲੀ ਦਲ ਦੀ ਕਰ ਲਈਏ 2019 ਦੀਆਂ ਚੋਣਾਂ ਅਕਾਲੀ ਦਲ ਨੇ ਭਾਜਪਾ ਦੇ ਨਾਲ ਰਲ ਕੇ ਲੜੀਆਂ ਸਨ ਵੋਟ ਬੈਂਕ ਦਾ ਇੱਕ ਦੂਸਰੇ ਦਾ ਲਾਹਾ ਮਿਲਦਾ ਪਿਆ ਸੀ ਲੇਕਿਨ ਹਾਲਾਤ ਅਜਿਹੇ ਬਣ ਚੁੱਕੇ ਸੀ ਅਕਾਲੀ ਦਲ ਲਈ ਕਿ ਬਾਦਲ ਪਰਿਵਾਰ ਦੀਆਂ ਆਪਣੀਆਂ ਸੀਟਾਂ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਫਿਰੋਜ਼ਪੁਰ ਅਤੇ ਸਰਸਿਮਰਤ ਕੌਰ ਬਾਦਲ ਦੀ ਬਠਿੰਡਾ ਸੀਟਾਂ ਤੱਕ ਬਚਾਉਣ ਦੇ ਲਾਲੇ ਪੈ ਗਏ ਹੋਰ 8 ਸੀਟਾਂ ਦੇ ਉੱਤੇ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਖੜੇ ਸੀ ਉਹਨਾਂ ਨੂੰ ਤਾਂ ਜਿਤਵਾਉਣ ਦੀ ਜਾਂ ਬਚਾਉਣ ਦੀ ਕਿਸੇ ਨੇ ਸੋਚੀ ਹੀ ਨਹੀਂ ਸੋ 8 ਸੀਟਾਂ ਅਕਾਲੀ ਦਲ ਹਾਰਦਾ ਹੈ ਦੋ ਸੀਟਾਂ ਦੇ ਉੱਤੇ ਉਸ ਦੇ ਮੈਂਬਰ ਪਾਰਲੀਮੈਂਟ ਉਹ ਵੀ ਦੋਹੇ ਬਾਦਲ ਪਤੀ ਪਤਨੀ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਨੇ ਪੂਰਾ ਜ਼ੋਰ ਬਠਿੰਡਾ ਤੇ ਫਿਰੋਜ਼ਪੁਰ ਉਹਨਾਂ ਨੇ ਲਾਇਆ ਅਗਲੀ ਜਿਹੜੀ ਵਿਧਾਨ ਸਭਾ ਚੋਣ ਸੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ 2019 ਦੇ ਪਾਰਲੀਮੈਂਟ ਇਲੈਕਸ਼ਨਸ ਦੇ ਵਿੱਚ ਰਿਹਾ ਯਾਨੀ ਕਿ 27 27.5% 27.45% ਜਿਹੜੀ ਵੋਟ ਮਿਲੀ ਸੀ ਉਹ ਘਟ ਕੇ 21% ਤੇ ਆ ਗਈ ਲੇਕਿਨ ਸੀਟਾਂ ਦਾ ਜਿੰਨਾ ਨੁਕਸਾਨ ਅਕਾਲੀ ਦਲ ਨੂੰ ਹੋਇਆ ਪਾਈ ਦੇ ਵਿਧਾਨ ਸਭਾ ਨਤੀਜੇ ਨੇ ਸਾਫ਼ ਕਰਤਾ ਕਿ ਅਕਾਲੀ ਦਲ ਤੇ ਭਾਜਪਾ ਜਦੋਂ ਵੱਖਰੇ ਇਲੈਕਸ਼ਨ ਲੜਦੇ ਨੇ ਦੋਵੇਂ ਪਾਰਟੀਆਂ ਕੋਲ ਬਹੁਤ ਸਾਰੀਆਂ ਅਜੇਹੀਆਂ ਪਾਕਟਸ ਤੇ ਸੀਟਾਂ ਹੈਗੀਆਂ ਨੇ ਜਿੱਥੇ ਨਾ ਤਾਂ ਲੀਡਰਸ਼ਿਪ ਹੈ ਨਾ ਹੀ ਵੋਟ ਬੈਂਕ ਹੈ ਇਹਨਾਂ ਚੋਂ ਉਹਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ 55 ਉਮੀਦਵਾਰਾਂ ਦੀਆਂ ਜ਼ਬਤ ਹੋਈਆਂ ਜ਼ਮਾਨਤਾਂ ਤਾਂ ਸਮਝ ਵਿੱਚ ਇਸ ਵਾਸਤੇ ਆਉਂਦੀਆਂ ਸਨ ਕਿਉਂਕਿ ਬੀਜੇਪੀ ਇੱਕ ਛੋਟੇ ਭਰਾ ਤੇ 파ਟਨਰ ਦੀ ਭੂਮਿਕਾ ਦੇ ਵਿੱਚ ਐਲਾਈਂਸ ਦੇ ਵਿੱਚ ਰਿਹਾ ਲੇਕਿਨ ਸ਼ਰੂਮਣੀ ਅਕਾਲੀ ਦਲ ਜਿਸ ਨੇ ਕਿ 93 ਤੋਂ ਵਦਾ ਕੇ 97 ਸੀਟਾਂ ਉਤੇ ਇਲੈਕਸ਼ਨ ਲੜਿਆ ਉਸ ਦੇ ਵੀ 27 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਜਿਹੜੇ ਬਾਈ ਇਲੈਕਸ਼ਨ ਇਸ ਤੋਂ ਬਾਅਦ ਹੁੰਦੇ ਨੇ ਉਸ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹ ਤੀਸਰੇ ਚੌਥੇ ਆ ਪੰਜਵੇਂ ਪੰਜਵੇਂ ਸਥਾਨ ਉੱਤੇ ਆਏ ਨੇ ਮੈਂ ਜਲੰਧਰ ਬਾਈ ਇਲੈਕਸ਼ਨ ਦੀ ਤੇ ਸੰਗਰੂਰ ਬਾਈ ਇਲੈਕਸ਼ਨ ਜੋ ਕਿ ਪੰਜਾਬ ਦੇ ਵਿੱਚ ਹੋਇਆ ਉਹਨਾਂ ਦੀ ਗੱਲ ਕਰਦਾ ਪਿਆ ਹਾਂ ਹਾਲਾਂਕਿ ਹਰ ਸੀਟ ਉੱਤੇ ਅਲੱਗ-ਅਲੱਗ ਫੈਕਟਰ ਹੁੰਦੇ ਨੇ ਬਾਈ ਇਲੈਕਸ਼ਨ ਜਾਂ विधानसभा चुनाव ਦੇ ਨਾਲ ਕਦੇ ਵੀ ਲੋਕ ਸਭਾ ਚੋਣਾਂ ਦੀ ਤੁਲਨਾ ਉਸ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਸਕਦੀ ਲੇਕਿਨ ਸਾਡੇ ਕੋਲ ਸਿਰਫ ਅੰਕੜਿਆਂ ਦੀ ਰੋਸ਼ਨੀ ਦੇ ਵਿੱਚ ਮਾਪਦੰਡ ਇਹੀ ਨੇ ਕਿ ਅਸੀਂ 2022 ਦੇ ਵਿਧਾਨ ਸਭਾ ਚੋਣਾਂ ਤੇ 2019 ਦੀਆਂ ਪਾਰਲੀਮੈਂਟਰੀ ਸੀਟਾਂ ਜਾਂ ਇਲੈਕਸ਼ਨਸ ਤੇ ਨਤੀਜਿਆਂ ਦੀ ਰੋਸ਼ਨੀ ਦੇ ਵਿੱਚ ਇਸ ਕੰਬੀਨੇਸ਼ਨ ਨੂੰ ਸਮਝੀਏ ਸੋ ਬੀਜੇਪੀ ਕੋਲ ਕੁਝ ਜ਼ਿਆਦਾ ਲੂਜ਼ ਕਰਨ ਨੂੰ ਹੈ ਨਹੀਂ ਉਸਨੇ ਆਪਣੀ ਮੁੜਲੀ ਕਤਾਰ ਦੀ ਲੀਡਰਸ਼ਿਪ ਚਾਹੇ ਉਹ ਪੋਚਿੰਗ ਕਰਕੇ ਹੈ ਹੋਰ ਪਾਰਟੀਆਂ ਤੋਂ ਫੜ ਕੇ ਉਹਨਾਂ ਨੂੰ ਡਰਾ ਕੇ ਸਮਝਾ ਕੇ ਜਿਸ ਵੀ ਤਰੀਕੇ ਦੇ ਨਾਲ ਆਪਣੇ ਖੇਮੇ ਦੇ ਵਿੱਚ ਉਹਨਾਂ ਨੇ ਸ਼ਾਮਲ ਕੀਤਾ ਹੈ ਸੋ ਭਾਜਪੀ ਇਸ ਵਕਤ ਪੁਰਾਣੇ ਰਵਾਇਤੀ ਕਾਂਗਰਸੀ ਪਰਿਵਾਰਾਂ ਦੇ ਲੀਡਰਾਂ ਉੱਤੇ ਦਾਅ ਖੇਡਦੀ ਪਈ ਹੈ ਇਹ ਕਿੱਡਾ ਚੱਲੇਗਾ ਨਹੀਂ ਚੱਲੇਗਾ ਸਾਨੂੰ ਇਸ ਚੀਜ਼ ਦੇ ਬਾਰੇ ਅਜੇ ਕੋਈ ਵੀ ਪੱਕਾ ਅੰਦਾਜ਼ਾ ਤਦ ਤੱਕ ਨਹੀਂ ਹੋ ਸਕਦਾ ਜਦ ਤੱਕ ਚੋਣ ਅਖਾੜੇ ਕਲੀਅਰ ਨਹੀਂ ਹੋ ਜਾਂਦੇ ਤਸਵੀਰਾਂ ਸਾਫ਼ ਨਹੀਂ ਹੋ ਜਾਂਦੀ ਕਿ ਆਹਮੋ ਸਾਹਮਣੇ ਕਿਹੜੇ ਉਮੀਦਵਾਰ ਹੈਗੇ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਵਕਾਰ ਦੀ ਤੇ ਵਜੂਦ ਦੀ ਲੜਾਈ ਇੱਕ ਵਾਰ ਫੇਰ ਸਾਬਤ ਹੋਣੀ ਹੈ ਕਿਉਂਕਿ ਅਕਾਲੀ ਦਲ ਬੀਐਸਪੀ ਦੇ ਨਾਲ ਰੱਟ ਜੋੜ ਕਰਕੇ ਕੋਈ ਜ਼ਿਆਦਾ ਵੱਡਾ ਫਾਇਦਾ ਨਹੀਂ ਚੁੱਕ ਪਾਇਆ ਬੀਜੇਪੀ ਦਾ ਜਿਹੜਾ ਕੰਬੀਨੇਸ਼ਨ ਉਹਨਾਂ ਲਈ ਹਮੇਸ਼ਾ ਹੀ ਲਾਹੇ ਦਾ ਕੰਬੀਨੇਸ਼ਨ ਸੀ ਉਸ ਨੂੰ ਉਹ ਇਸ ਵਾਰ ਸਿਰੇ ਨਹੀਂ ਚੜਾ ਪਾ ਰਿਹਾ ਮੇਰੀ ਜਿਹੜੀ ਜਾਣਕਾਰੀ ਅਕਾਲੀ ਦਲ ਦੀ ਇੱਕ ਬਹੁਤ ਵੱਡੀ ਲੀਡਰਸ਼ਿਪ ਜਿਹੜੇ ਕੀ ਇਲੈਕਟੋਰਲ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਜਾਂ ਫਿਰ ਉਸ ਰਾਜਨੀਤੀ ਦਾ ਹਿੱਸਾ ਨਹੀਂ ਚੋਣਾਂ ਲੜਦੇ ਆ ਰਹੇ ਨੇ ਉਹ ਮਹਿਸੂਸ ਕਰਦੇ ਨੇ ਕਿ ਬੀਜੇਪੀ ਤੋਂ ਬਗੈਰ ਅਕਾਲੀ ਦਲ ਦੀ ਜਿਹੜੀ ਕਿਸ਼ਤੀ ਹੈ ਉਸ ਦਾ ਪਾਰ ਲੱਗਣਾ ਬਹੁਤ ਹੀ ਔਖਾ ਹੈ ਬਹਰ ਹਾਲ ਚੋਣ ਹੈਗੇ ਨੇ ਦੇਖਦੇ ਹਾਂ ਕਿ ਇਹਨਾਂ ਚੋਣਾਂ ਦੇ ਵਿੱਚ ਕਿਹੜੀਆਂ ਹੋਰ ਸੰਭਾਵਨਾਵਾਂ ਬਣਦੀਆਂ ਨੇ ਹਲੇ ਪੰਜਾਬ ਦਾ ਇਲੈਕਸ਼ਨ ਯਾਨੀ ਕਿ ਪੰਜਾਬ ਦੀ VOTING 1 ਜੂਨ ਨੂੰ ਹੈ ਸਮਾਂ ਅਜੇ ਵੀ ਹੈ ਆਉਦੇ ਕੁਝ ਦਿਨਾਂ ਤੇ ਹਫ਼ਤਿਆਂ ਦੇ ਵਿੱਚ ਕਈ ਹੋਰ ਸਿਆਸੀ ਡਿਵੈਲਪਮੈਂਟਸ ਹੋ ਸਕਦੀਆਂ ਨੇ ਕਈ ਹੋਰ ਲੀਡਰ ਦਲ ਬਦਲ ਸਕਦੇ ਨੇ ਸੋ ਇਹਨਾਂ ਸਾਰੇ ਦੀ ਸਾਰੇ ਡਿਵੈਲਪਮੈਂਟਸ ਦਾ ਕੀ ਅਸਰ ਪਏਗਾ ਫਾਈਨਲੀ ਜਿਹੜੀ ਤਸਵੀਰ ਬਣਨੀ ਹੈ ਅਸਲ ਚੋਣ ਅਖਾੜੇ ਜਿਹੜੇ 13 ਲੋਕ ਸਭਾ ਸੀਟਾਂ ਉੱਤੇ ਸਜਣੇ ਨੇ ਉਹ ਕਿਹੋ ਜਿਹੇ ਹੋਣਗੇ ਇਹ ਸਮਾਂ ਦੱਸੇਗਾ ਲੇਕਿਨ ਅੱਜ ਦੀ ਇਸ ਐਨਾਲਿਸਿਸ ਦੇ ਵਿੱਚ ਮੈਂ ਇਹੀ ਗੱਲਬਾਤ ਕਰਨਾ ਚਾਹੁੰਦਾ ਸੀ ਤੁਹਾਡੇ ਕੋਈ ਵਿਚਾਰ ਹੋਣ ਜਾਂ ਕੋਈ ਵਿਊਜ਼ ਹੋਣ ਤੁਸੀਂ ਵੀ ਜ਼ਰੂਰ ਦੇ ਸਕਦੇ ਹੋ ਕਈ ਵਾਰ ਸਾਡੇ ਜਾਣਕਾਰ ਆਬਜ਼ਰਵਰ ਜ਼ਿਆਦਾ ਗਹਿਰੀ ਸੋਚ ਰੱਖਦੇ ਹੁੰਦੇ ਨੇ ਜ਼ਿਆਦਾ ਬਾਰੀਕੀ ਦੇ ਨਾਲ ਸਥਿਤੀਆਂ ਨੂੰ ਵੇਖ ਰਹੇ ਹੁੰਦੇ ਨੇ ਸੋ ਉਹ ਵੀ ਆਪਣੀ ਕਮੈਂਟਸ ਤੇ ਆਪਣੀ ਟਿੱਪਣੀਆਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਨੇ ਇੱਕ ਵਾਰ ਫੇਰ ਬੇਨਤੀ ਇਹ ਹੈ ਕਿ ਚੈਨਲ ਨਿਊਜ਼ ਡੇਟਲਾਈਨ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੇਰੇ ਇਹਨਾਂ ਵੀਡੀਓਜ਼ ਨੂੰ ਤੁਸੀਂ ਵੇਖ ਪਾਓ ਤੁਹਾਨੂੰ ਇਹ ਵੀਡੀਓਜ਼ ਨੋਟੀਫਿਕੇਸ਼ਨ ਦੇ ਜ਼ਰੀਏ ਮਿਲਦੇ ਰਹਿਣ ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਲਈ ਅਗਲੀ ਰਿਪੋਰਟ ਲੈ ਕੇ ਬਹੁਤ ਛੇਤੀ ਫੇਰ ਮਿਲ ਹੁੰਦੀ ਹੈ ਮੁਲਾਕਾਤ